ਲੋਕਸਭਾ ਚੋਣਾਂ ਨੂੰ ਲੈ ਕੇ ਹਲਕਾ ਹੁਸ਼ਿਆਰਪੁਰ ਤੋਂ ਭਾਜਪਾ ਦੇ ਉਮੀਦਵਾਰ ਸੋਮ ਪ੍ਰਕਾਸ਼ ਕੈਂਥਲੀ ਉਹਨਾਂ ਦੀ ਧਰਮ ਪਤਨੀ ਅਨੀਤਾ ਸੋਮ ਪ੍ਰਕਾਸ਼ ਨੇ ਫਗਵਾੜਾ ਦੇ ਵਾਰਡ ਨੰਬਰ 6 'ਚ ਪੈਂਦੇ ਮੁਹੱਲਾ ਸੁਖਚੈਨ ਨਗਰ, ਨਿਊ ਸੁਖਚੈਨ ਨਗਰ, ਗੁਰੂ ਹਰਕ੍ਰਿਸ਼ਨ ਨਗਰ, ਨਿਊ ਹਰਕ੍ਰਿਸ਼ਨ ਨਗਰ, ਰਵਿਦਾਸ ਕਲੋਨੀ, ਵਿਸ਼ਕਰਮਾ ਕਲੋਨੀ ਵਿਖੇ ਚੋਣ ਪ੍ਰਚਾਰ ਕੀਤਾ। ਮੁਹੱਲਾ ਵਾਸੀਆਂ ਨੇ ਆਪਣੇ ਵਾਰਡ ਦੀਆਂ ਮੁਸ਼ਕਲਾਂ ਤੋਂ ਵੀ ਅਨੀਤਾ ਸੋਮ ਪ੍ਰਕਾਸ਼ ਨੂੰ ਜਾਣੂ ਕਰਵਾਇਆ। ਇਸ ਦੌਰਾਨ ਅਨੀਤਾ ਸੋਮ ਪ੍ਰਕਾਸ਼ ਨੇ ਵਾਰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਹ ਪਹਿਲ ਦੇ ਆਧਾਰ ਤੇ ਵਿਕਾਸ ਕਰਵਾਉਣਗੇ। ਇਸ ਦੌਰਾਨ ਸਮੂਹ ਮੁਹੱਲਾ ਵਾਸੀਆਂ ਨੇ ਵੀ ਸੋਮ ਪ੍ਰਕਾਸ਼ ਨੂੰ ਵੋਟਾਂ ਪਾਉਣ ਦਾ ਵਾਅਦਾ ਕੀਤਾ। ਇਸ ਮੌਕੇ ਅਮਿਤ ਸ਼ੁਕਲਾ, ਮਮਤਾ ਕੈਂਥ, ਸਤਵਿੰਦਰ ਸਿੰਘ ਛਾਬੜਾ, ਸੂਬੇਦਾਰ ਜੋਗਾ ਸਿੰਘ, ਅਮਰੀਕ ਸਿੰਘ ਸੈਣੀ, ਨਿਖਿਲ ਖੋਸਲਾ, ਨੀਰਜ, ਪ੍ਰੇਮ ਟਿੰਗਰਾ, ਸੰਜੂ ਚਾਹਲ ਤੋਂ ਇਲਾਵਾ ਅਕਾਲੀ ਭਾਜਪਾ ਵਰਕਰ ਹਾਜ਼ਰ ਸਨ। ਅੱਜ ਵਾਰਡ ਨੰਬਰ 6 ਦੇ ਸਮੂਹ ਵਸਨੀਕਾਂ ਦਾ ਬਹੁਤ ਭਾਰੀ ਇਕੱਠ ਹੋਇਆ, ਜਿਸ ਵਿੱਚ ਸ਼੍ਰੀ ਸੋਮ ਪ੍ਰਕਾਸ਼ ਜੀ ਕੈਂਥ ਨੂੰ MP ਦੀ ਸੀਟ ਵਾਸਤੇ ਜੋ ਖੜੇ ਹੈ ਕਾਮਯਾਬ ਕਰਨ ਵਾਸਤੇ, ਸ਼੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਜੀ ਅਤੇ ਉਹਨਾਂ ਦੇ ਨਾਲ ਬਹੁਤ ਹੋਰ ਵੱਡੇ ਸਾਰੇ ਸਾਥੀ ਇਸ ਇਕੱਠ ਵਿੱਚ ਸ਼ਾਮਲ ਹੋਏ। ਸ਼੍ਰੀ ਅਨੀਤਾ ਸੋਮ ਪ੍ਰਕਾਸ਼ ਜੀ ਨੇ ਵਾਰਡ ਨੰਬਰ 6 ਦੀਆਂ ਗਲੀਆਂ ਦਾ ਕੱਲੀ ਗਲੀ ਦਾ ਮੁਆਇਨਾ ਕੀਤਾ। ਲੋਕਾਂ ਨੇ ਆਪਣੀਆਂ ਦੁੱਖ ਤਕਲੀਫਾਂ ਦੱਸੀਆਂ ਅਤੇ ਮੌਜੂਦਾ ਜੋ ਗਲੀਆਂ ਦੀ ਪੁਜੀਸ਼ਨ ਹੈ ਉਹ ਪੁਜੀਸ਼ਨ ਵੀ ਵਿਖਾਈ, ਕਿਉਂਕਿ ਸਰਕਾਰ ਬਦਲ ਦੇ ਨਾਲ ਇੱਥੇ ਕੰਮ ਚੱਲ ਰਿਹਾ ਸੀ। ਸਰਕਾਰ ਬਦਲਣ ਨਾਲ ਸਾਰੇ ਹੀ ਕੰਮ ਇੱਥੇ ਬੰਦ ਹੋ ਗਏ, ਕੁਛ ਕੰਮ ਅਧੂਰੇ ਹਨ, ਕੁਛ ਇਲਾਕਿਆਂ ਵਿੱਚ ਕੰਮ ਹੋਏ ਹੀ ਨਹੀਂ ਹਨ। ਇਸ ਲਈ ਸਮੂਹ ਇਲਾਕਾ ਨਿਵਾਸੀਆਂ ਨੇ ਬਹੁਤ ਵੱਡੇ ਪੱਧਰ 'ਤੇ ਆਪਣੀਆਂ ਦੁੱਖ ਤਕਲੀਫਾਂ ਦੱਸੀਆਂ ਅਤੇ ਵੋਟਾਂ ਪਾਉਣ ਦਾ ਵੀ ਵਿਸ਼ਵਾਸ ਦਵਾਇਆ। ਸ਼੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਜੀ ਨੇ ਲੋਕਾਂ ਦਾ ਵਾਅਦਾ ਕੀਤਾ ਕਿ ਪਹਿਲ ਦੇ ਆਧਾਰ 'ਤੇ ਇਸ ਏਰੀਏ ਨੂੰ ਤਵੱਜੋ ਦਿੱਤੀ ਜਾਵੇਗੀ ਅਤੇ ਰਹਿੰਦੇ ਸਾਰੇ ਕੰਮ ਜੋ ਵੀ ਰਹਿੰਦੇ ਹਨ ਪੂਰਨ ਕਰਵਾਏ ਜਾਣਗੇ। ਲੋਕਾਂ ਨੇ ਬਹੁਤ ਹੀ ਵੱਡੇ ਪੱਧਰ 'ਤੇ ਹੁੰਗਾਰਾ ਭਰਿਆ ਕਿ ਅਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਸ਼੍ਰੀ ਸੋਮ ਪ੍ਰਕਾਸ਼ ਜੀ ਨੂੰ ਹਰ ਹਾਲ 'ਚ ਕਾਮਯਾਬ ਕਰਾਂਗੇ। ਬਿਊਰੋ ਰਿਪੋਰਟ, ਸਾਂਝ ਟੀਵੀ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।